हुसैन इब्ने अली दे घर नबी दा हम शकल आए। हुसैन इब्ने अली दे घर नबी दा हम शकल आए। ये मिसरा मैं सही नजर करना है, अगला मिसरा पूरा शेर नहीं एक मिसरा, नबी दा हम शकल आया है। कवे ज़ैनब केज लग दे जिमे नाना वलिया। कवे ज़ैनब या पूरी दाद देनी है या नहीं देनी है, होम्योपैथिक दाद नहीं देनी, जिन हुसैन पुत्र नाल प्यार है या पूरी दाद देवे या ना देवे। हाँ कवे ज़ैनब केज लग दे ਜਿਵੇਂ ਨਾਨਾ ਵਲਿਆ। ਵਾਹ ਹਕਮ ਸਾਹਿਬ ਵਾਹ ਕੀ ਬਾਤ। ਸਾਈਂ ਬੈਠੇ ਨੇ ਮੇਰੇ, ਮੇਰਾ ਮਾਣ ਹੈ, ਮੇਰਾ ਬਹੁਤ ਸਾਰਾ ਇਹਨਾਂ ਨਾਲ ਇੱਕ ਅਕੀਦੇ ਦਾ ਤਲਕ ਹੈ, ਕਲਬੀ ਤਲਕ ਹੈ, ਅਕੀਦੇ ਦਾ ਤਲਕ ਹੈ। ਕੋਈ ਵਿਖਾਵਾ ਨਹੀਂ, ਕੋਈ ਬਨਾਵਟ ਨਹੀਂ, ਕਿਉਂਕਿ ਦੀਵਾਰ ਤੇ ਜਿੰਨਾ ਮਰਜ਼ੀ ਚੂਨਾ ਲਾ ਲਈਏ ਬਾਰਿਸ਼ ਦੇ ਬਾਅਦ ਪਤਾ ਲੱਗਦਾ ਦੀਵਾਰ ਦਾ ਰੰਗ ਕੀ ਹੈ। ਮੈਂ ਕਿਤੇ ਚੂਨਾ ਲਾਇਆ ਨਹੀਂ ਤੇ ਨਾ ਚੂਨੇ ਵਾਲੇ ਹੈ, ਬਸ ਅਸੀਂ ਸਰਕਾਰ ਦੀ ਬਾਰਗਾਹ 'ਚ ਹਦੀਅਤਨ ਜਿਸ ਬੰਦੇ ਨੂੰ ਮੁਹੱਬਤ ਹੈ ਉਹਦੇ ਅਸੀਂ ਗੁਲਾਮ ਹੈ। ਮੈਂ ਅਰਜ਼ ਕਰਨਾ ਪਿਆ, ਮੈਂ ਅਲੀ ਅਕਬਰ ਅਲੈਹਿ ਸਲਾਮ ਨੂੰ ਸ਼ੁਰੂ ਕੀਤਾ ਇਸ ਮਿਸਰੇ ਨਾਲ, ਕਵੇ ਜ਼ੈਨਬ ਕਿ ਇੰਝ ਲੱਗਦਾ ਹੈ ਜਿਵੇਂ ਨਾਨਾ ਹੀ ਵੱਲ ਆਇਆ। ਹੁਣ ਮੌਲਾ ਹੁਸੈਨ ਅਕਸਰ ਆਪਣੇ ਨਾਨਾ ਦੀ ਜੁਦਾਈ 'ਚ ਰੋਂਦੇ ਸਨ, ਆਖਰ ਅਲੀ ਅਕਬਰ ਆ ਗਏ, ਮਕਸਦ ਹੋ ਗਿਆ। ਬਸ ਇੱਥੇ ਉਹ ਬੰਦਾ ਚੱਸ ਰਿਹਾ ਸੀ ਜਿਹਨੂੰ ਪਤਾ ਕਿ ਹੁਸੈਨ ਰੋਂਦੇ ਹਨ, ਨਮਨਾਕ ਹੁੰਦੇ ਹਨ, ਅਸ਼ਕ ਬਾਰੀ ਹੁੰਦੀ ਹੈ, ਕਾਸ਼ ਨਾਨਾ ਸਾਹਮਣੇ ਹੁੰਦਾ। ਲੇਕਿਨ ਜਦੋਂ ਅਲੀ ਅਕਬਰ ਦੁਨੀਆ 'ਤੇ ਆਏ, ਇੱਥੇ ਬਸ ਥੋੜ੍ਹਾ ਜ਼ੌਕ ਦੇਖਣਾ ਅਹਿਲੇ ਲਈਆ। ਨਾ ਹੁਣ ਸ਼ਬੀਰ ਰੋਵੇਗਾ ਕਦੀ ਨਾਨੇ ਦੀ ਫੁਰਕਤ ਵਿੱਚ, ਜੋ ਮਸਲਾ ਸੀ ਵਿਛੋੜੇ ਦਾ ਇਹ ਉਸ ਮਸਲੇ ਦਾ ਹੱਲ ਆਏ। ਜੋ ਮਸਲਾ ਸੀ ਵਿਛੋੜੇ ਦਾ ਇਹ ਉਸ ਮਸਲੇ ਦਾ ਹੱਲ ਆਏ। ਕਵੇ ਜ਼ੈਨਬ ਕੇਜ ਲੱਗਦੇ ਜਿਵੇਂ ਨਾਨਾ ਵਲਿਆ। ਹਾਂ ਦੀਦਾਰ ਦੀ ਖਾਤਰ ਚੰਨ ਆਇਆ ਜ਼ਮੀਨ ਉੱਤੇ, ਇੱਥੇ ਪਤਾ ਲੱਗਣਾ ਇਹਦੇ ਦੀਦਾਰ ਦੀ ਖਾਤਰ ਚੰਨ ਆਇਆ ਜ਼ਮੀਨ ਉੱਤੇ। ਇਹਦੇ ਵੇਖਣ ਲਈ ਖੁਦ ਯੂਸੁਫ ਮਿਸਰ ਤੋਂ ਆਪ ਚੱਲਿਆ ਹੈ। ਇਹਦੇ ਦੀਦਾਰ ਲਈ ਯੂਸੁਫ ਮਿਸਰ ਤੋਂ ਆਪ ਚੱਲਿਆ ਹੈ। ਕਵੇ ਜ਼ੈਨਬ ਕੇਜ ਲੱਗਦੇ ਜਿਵੇਂ ਨਾਨਾ ਹੀ ਵਲਿਆ ਹੈ। ਕਸੀਦਾ ਮੈਂ ਮਕਤਾ ਪੜ੍ਹਨਾ ਪਿਆ, ਹਾਕਮ ਸਾਹਿਬ ਤੁਸੀਂ ਇਸ ਦੁਨੀਆਂ 'ਤੇ ਕਿਉਂ ਆਏ ਹੋ? ਮੈਂ ਆਪਣੇ ਆਉਣ ਦਾ ਮਕਸਦ ਦੱਸਣ ਲੱਗਾ। ਇਹ ਹਾਕਮ ਜੱਗ ਦੀ ਮਹਿਫਿਲ ਵਿੱਚ ਬਿਨਾਂ ਮਕਸਦ ਤੇ ਆਇਆ ਨਹੀਂ, ਫਿਰ ਕਿਵੇਂ ਆਇਆ? ਜਦੀ ਗੱਲ ਜਈ ਕੋਈ ਗੱਲ ਨਹੀਂ ਕਰਨ ਉਸੇ ਦੀ ਗੱਲ ਆਏ। ਜਿਹਦੀ ਗੱਲ ਜੀ ਕੋਈ ਗੱਲ ਨਹੀਂ, ਇਹ ਹਾਕਮ ਜੱਗ ਦੀ ਮਹਿਫਿਲ ਵਿੱਚ ਬਿਨਾਂ ਮਕਸਦ ਤੇ ਆਇਆ ਨਹੀਂ। ਜਿਹਦੀ ਗੱਲ ਜੀ ਕੋਈ ਗੱਲ ਨਹੀਂ ਕਰਨ ਉਸੇ ਦੀ ਗੱਲ ਆਏ। ਹਾਂ ਕਵੇ ਜ਼ੈਨਬ ਲੱਗਦੇ ਜਿਵੇਂ ਨਾਨਾ ਵਾਲਾ ਆਇਆ।
नारे तकबीर।